ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਅੱਜ ਦੇ ਦਿਨ ਦਾ ਸਾਡਾ ਲਾਸਟ ਸਫ਼ਰ ਨਨਕਾਣਾ ਸਾਹਿਬ ਦੇ ਅੰਦਰ। ਨਨਕਾਣਾ ਸਾਹਿਬ ਵਿਖੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੁਰਦੁਆਰਾ ਸ੍ਰੀ ਬਾਲ ਲੀਲਾ ਸਾਹਿਬ, ਬਾਬਾ ਗੁਰੂ ਨਾਨਕ ਸਾਹਿਬ, ਜਿੱਥੇ ਆਪਣੀਆਂ ਸੰਗਤਾਂ ਨਾਲ ਬਚਪਨ ਦੇ ਦੋਸਤਾਂ ਦੇ ਨਾਲ ਖੇਡਦੇ ਰਹੇ, ਜਿਸ ਮਿੱਟੀ ਦੇ ਵਿੱਚ ਖੇਡਦੇ ਰਹੇ। ਇਹ ਉਹ ਜਗ੍ਹਾ ਹੈ ਜਿੱਥੇ ਉਹਨਾਂ ਦੇ ਪਾਵਨ ਪੈਰ ਜਿਹੜੇ ਨੇ ਧਰਤੀ ਦੇ ਉੱਤੇ ਛੂਏ, ਔਰ ਕੀ ਕਹਿੰਦੇ ਨੇ ਕਿ ਬਾਬਾ ਗੁਰੂ ਨਾਨਕ ਸਾਹਿਬ ਦੁਨੀਆ 'ਤੇ ਆਏ ਔਰ ਚਾਨਣ ਹੋਇਆ। ਅਤੇ ਉਹ ਗੱਲ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਤੇ ਜਿੱਥੇ ਬੱਚਿਆਂ ਨਾਲ ਘੱਟ ਬੋਲਦੇ ਸੀ, ਬਹੁਤ ਜ਼ਿਆਦਾ ਸ਼ਰਾਰਤਾਂ ਨਹੀਂ ਸੀ ਕਰਦੇ, ਚੁੱਪ ਚੁੱਪ ਰਹਿੰਦੇ ਸੀ, ਹਰ ਵਕਤ ਸੋਚਦੇ ਰਹਿੰਦੇ ਸਨ। ਇਹ ਉਹੀ ਜਗ੍ਹਾ ਹੈ ਜਿੱਥੇ ਕਿਸੇ ਕੋਲ ਅਗਰ ਖਾਣ ਵਾਲੀ ਕੋਈ ਚੀਜ਼ ਨਹੀਂ ਸੀ ਹੁੰਦੀ ਤਾਂ ਆਪ ਦੀ ਰੋਟੀ ਵੀ ਦੇ ਦਿੰਦੇ ਸੀ, ਆਪ ਦਾ ਖਾਣਾ ਪੀਣਾ ਵੀ ਉਹਨਾਂ ਨੂੰ ਦੇ ਦਿੰਦੇ ਸੀ। ਔਰ ਇੱਕ ਵਾਕਿਆ ਤਾਂ ਇੱਥੇ ਵੀ ਇਹੀ ਹੈ ਕਿ ਜਿਸ ਤਰ੍ਹਾਂ ਹੁਣ ਇੱਥੇ ਮਿੱਟੀ ਅਗਰ ਪਈ ਹੋਈ ਹੈ ਅਤੇ ਬੱਚਾ ਕੋਈ ਲੱਡੂ ਬਣਾਉਂਦਾ ਹੋਏ, ਇਹ ਮਿੱਟੀ ਹੈ ਜਿਸ ਤਰ੍ਹਾਂ ਹੁਣ ਢੇਰੀ ਲੱਗੀ ਹੈ, ਅਤੇ ਕੋਈ ਬੱਚਾ ਮਿੱਟੀ ਦੇ ਲੱਡੂ ਬਣਾਵੇ ਜਿਸ ਤਰ੍ਹਾਂ ਕਿ ਇਹ ਹੁਣ ਮੈਂ ਮਿੱਟੀ ਫੜਾਂ ਅਤੇ ਉਹਨੂੰ ਮੈਂ ਇੰਜ ਕਰਕੇ ਮੁੱਠੀ ਦੇ ਚੰਜ ਕਰਕੇ ਅਤੇ ਕਿਸੇ ਬੱਚੇ ਨੂੰ ਦੇ ਦੇਵਾਂ, ਅਤੇ ਇਹ ਕ੍ਰਿਸ਼ਮਾਤ ਹੋਏ ਨੇ ਉਸ ਵੇਲੇ ਮਿੱਟੀ ਦੇ ਲੱਡੂ ਜਿਹੜੇ ਬੱਚਿਆਂ ਨੂੰ ਬਣਾ ਕੇ ਦਿੱਤੇ ਗਏ, ਰੇਤੇ ਦੇ ਲੱਡੂ ਬਣਾ ਕੇ ਦਿੱਤੇ ਗਏ ਅਤੇ ਉਹ ਬਣ ਗਏ, ਖੰਡ ਦੇ ਲੱਡੂ ਬਣ ਗਏ ਔਰ ਬੱਚਿਆਂ ਨੇ ਉਹ ਲੱਡੂ ਖਾਧੇ। ਠੀਕ ਹੈ ਜੀ, ਇਹ ਗੁਰਦੁਆਰਾ ਸ੍ਰੀ ਬਾਲ ਲੀਲਾ ਜਿੱਥੇ ਕਿ ਆਪਣਾ ਬਚਪਨ ਗੁਜ਼ਾਰਿਆ, ਜਿੱਥੇ ਬਚਪਨ 'ਚ ਖੇਡੇ, ਇਹ ਉਹ ਗੁਰਦੁਆਰਾ ਹੈ ਜੀ। ਇਹ ਗੁਰਦੁਆਰਾ ਜਿਹੜਾ ਦੁਬਾਰਾ ਉਸਾਰਿਆ ਗਿਆ, ਚੰਦ ਸਾਲ ਹੀ ਹੋਏ ਨੇ, ਗੁਰਦੁਆਰਾ ਬਹੁਤ ਜ਼ਿਆਦਾ ਪੁਰਾਣਾ ਨਹੀਂ ਹੈ। ਠੀਕ ਹੈ ਜੀ, ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਹੈ ਨਵੀਂ ਉਸਾਰੀ ਗਈ ਹੈ, ਔਰ ਇਹ ਇਸ ਵਾਸਤੇ ਇੱਥੇ ਜਿੰਨੇ ਵੀ ਵੱਡੇ ਫੰਕਸ਼ਨ ਹੁੰਦੇ ਨੇ ਨਨਕਾਣਾ ਸਾਹਿਬ ਦੇ, ਉਹ ਇਸ ਗੁਰਦੁਆਰੇ ਦੇ ਵਿੱਚ ਹੁੰਦੇ ਨੇ ਜਿਹਨੂੰ ਕਿ ਬਾਲ ਲੀਲਾ ਸਾਹਿਬ ਕਿਹਾ ਜਾਂਦਾ ਹੈ। ਆਓ ਅਤੇ ਚੱਲਦੇ ਹਾਂ ਅਸੀਂ ਤੁਹਾਨੂੰ ਦਰਸ਼ਨ ਜਿਹੜੇ ਨੇ। ਇੱਥੇ ਵੀ ਬਾਥਰੂਮਾਂ ਦੀ ਸੇਵਾ ਚੱਲ ਰਹੀ ਹੈ, ਟੋਇਲਟਸ ਦੀ ਚੱਲ ਰਹੀ ਹੈ, ਹਰ ਪਾਸੇ ਨਨਕਾਣੇ ਦੇ ਵਿੱਚ 550 ਸਾਲਾ 550th ਆਗਮਨ ਗੁਰਪੁਰਬ ਦੀ ਜਿਹੜੀ ਤਿਆਰੀ ਹੈ ਉਹ ਹੁੰਮ ਹੁਮਾ ਕੇ ਪੂਰੇ ਪਾਕਿਸਤਾਨ ਵਿੱਚ ਜਿੱਥੇ ਜਿੱਥੇ ਤਵਾਰੀਖੀ ਸਥਾਨ ਨੇ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਦੇ, ਉਹ ਜਿਹੜੇ ਨੇ ਉੱਥੇ ਸੇਵਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਠੀਕ ਹੈ ਜੀ, ਇੱਥੇ ਦੋ ਹਾਲ ਨੇ ਵੱਡੇ ਵੱਡੇ, ਲੈਫਟ ਰਾਈਟ ਵੀ ਹਾਲ ਨੇ, ਉੱਤੇ ਵੀ ਬਹੁਤ ਵੱਡਾ ਹਾਲ ਹੈ। ਇੱਥੇ ਦਾ ਜਿਹੜਾ ਤਾਰੀਖੀ ਗੁਰਦੁਆਰਾ ਸੀ ਉਹਦਾ ਗੁੰਬਦ ਜਿਹੜਾ ਸੀ ਉਹ ਖਰਾਬ ਹੋ ਗਿਆ ਸੀ, ਉਹਦੇ 'ਚ ਮੋਗ ਪੈ ਗਿਆ ਸੀ, ਸੋ ਇਸ ਵਜ੍ਹਾ ਨਾਲ ਫਿਰ ਉਹਨੂੰ ਸ਼ਹੀਦ ਕਰਕੇ ਅਤੇ ਦੁਬਾਰਾ ਤੁਸੀਂ ਦੇਖੋ ਕਿ ਪਿੱਛੇ ਬਹੁਤ ਵੱਡਾ ਸਰੋਵਰ ਵੀ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ, ਕਿਉਂਕਿ ਇੱਕ ਹੀ ਸਰੋਵਰ ਜਿਹੜਾ ਉਹ ਭਰਿਆ ਜਾਂਦਾ ਹੈ, ਬਾਕੀ ਸਰੋਵਰ ਜਿਹੜੇ ਨੇ ਉਹ ਇਸ ਲਈ ਨਹੀਂ ਭਰੇ ਜਾਂਦੇ ਕਿ ਸੰਗਤ ਇੰਨੀ ਜ਼ਿਆਦਾ ਨਹੀਂ ਹੈ। ਅੱਜ ਕੱਲ੍ਹ ਗੁਰੂ ਮਹਾਰਾਜ ਜਿਹੜੇ ਨੇ ਉਹਨਾਂ ਦੀ ਭੀੜ ਜਿਹੜੀ ਇੱਥੇ ਸਥਾਪਿਤ ਹੈ, ਸੋਰੀ ਪਹਿਲੇ ਇੱਥੇ ਸਥਾਪਿਤ ਸੀ, ਹੁਣ ਤਾਂ ਗੁਰੂ ਮਹਾਰਾਜ ਦੀ ਭੀੜ ਜਿਹੜੀ ਹੈ ਇਸ ਵੱਡੇ ਗੁਰੂ ਘਰ ਦੇ ਵਿੱਚ ਸਥਾਪਿਤ ਕੀਤੀ ਗਈ ਹੈ। ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਲ ਲੀਲਾ, ਔਰ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਝੂਲਤੇ ਨਿਸ਼ਾਨ। ਚੱਲਦੇ ਹਾਂ, ਆਓ ਜ਼ਰਾ ਉੱਤੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਰਹਿਤ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਂਦਾ, ਇਹ ਬਿਲਕੁਲ ਉਹੀ ਜਿਹੜੇ ਕਿ ਈਸਟ ਪੰਜਾਬ ਦੇ ਵਿੱਚ ਗੁਰੂ ਘਰ ਨੇ। ਅਰਦਾਸ ਜਿਹੜੀ ਹੈ ਸ਼ੁਰੂ ਹੈ, ਜਾਈਏ
ਜੀ ਹਰ ਅਨੇਕ ਅਨੇਕ ਮਾਨਤਾ ਤੇਰੀ ਅਨੇਕ ਤੇਰੀ ਅਨੇਕ ਤੇਰੀ ਅਨੇਕ ਤੇਰੀ ਅਨੇਕ ਕਰੇ ਹਰ ਪੂਜਾ ਜੀ ਸਤਾ ਭਜ ਕੇ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਕਰੇ ਗੋ ਸਿਮਰਤ ਸਾਹਿਬ ਜੀ ਪਰ ਕਿਰਿਆ ਕਰ ਧਰਮ ਕਰਨ ਦਾ ਸੇਵ ਭਗਤ ਚਲੇ ਜਿੰਨਾ ਹੈ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ ਤੂੰ ਆਦ ਪ੍ਰਖਿਆ ਪਰਮ ਕਰਤਾ ਜੀ ਤੁਝੇ ਵਡ ਅਵਰ ਨ ਕੋਈ ਤੁਝੇ ਸਭ ਤੇਰੀ ਤੂੰ ਸਭ ਨੀਤ ਆਇਆ ਜਿਸਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖ ਲਾ ਤਾ ਮਨ ਮੁਗਵਾਇਆ ਤੂੰ ਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੂੰ ਜਿਮਾਏ ਤੂੰ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਆਪ ਵਗਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਬਿੰਦੂ ਜਾ ਅਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਿਨ੍ਹਾਂ ਨੇ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਸੁਰਲੇ ਪਹਿਲੇ ਨਿਵਾਸਾ ਪਾਣੀ ਭਾਵ ਕਿੰਨੇ ਕੀਆ ਅਗ ਜਮੋ ਪਗਨੀ ਚਾਲੇ ਹਮਨੇ ਖਾਤੇ ਡੂਬੀ ਅਲੇ ਮਨੇ ਕਚੇ ਤਸ ਮੁੜ ਮਨਾ ਹਰ ਵਿਸਤ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਤਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਕ ਦੇਹੋਰਿਆ ਗੋਬਿੰਦ ਮਿਲਣ ਕੀ ਹੈ ਤੇਰੇ ਭਰਿਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਪਚ ਕੇਵਲ ਨਾਮ ਸਰੰਜਾਮ ਲਖ ਪਲ ਜਲ ਤਰਨ ਕਹਿ ਜਨਮ ਵਿਰਥਾ ਜਾਤ ਰੰਗ ਮਾਇਆ ਕੇ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਾਖੋ ਸਰਮਾ ਪਾਛੇ ਦਸਵੀ ਕੇਵਲ ਬਾਜ ਬੇਨਤੀ ਛੋਪੀ ਹਮਰੀ ਕਰੋ ਹੱਥ ਦੇ ਰਚਾ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਦੇ ਉੱਤੇ ਤੁਸੀਂ ਦੇਖ ਰਹੇ ਹੋ ਔਕਲੈਂਡ ਨਿਊਜ਼ੀਲੈਂਡ ਤੋਂ ਲਾਈਵ ਸੋ ਪਲੀਜ਼ ਦਿਸ ਵੀਡੀਓ ਇਜ਼ ਰਾਈਟ ਆਫ ਦਾ ਰੇਡੀਓ ਸਾਡੇ ਵਾਲਾ 87.8 FM ਰੇਡੀਓ ਔਕਲੈਂਡ ਤੋਂ ਨੋ ਵਨ ਹੈਵ ਟੂ ਰਾਈਟ ਟੂ ਸ਼ੇਅਰ ਦਿਸ ਵੀਡੀਓ ਟੂ ਡਾਊਨਲੋਡ ਜੀ ਬਿਲਕੁਲ ਪਾਠ ਕਰਦੇ ਹੋਏ ਨੇ ਜੀ ਨਿਸ਼ਾਨ ਸਾਹਿਬ ਸਭ ਤੋਂ ਉੱਚਾ ਨਿਸ਼ਾਨ ਸਾਹਿਬ ਜਿਹੜਾ ਉਹ ਇੱਥੇ ਲੱਗਾ ਹੋਇਆ ਨਨਕਾਣੇ ਵਿੱਚ ਇੱਕ ਜਨਮ ਸਥਾਨ ਹੈ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਪੱਟੀ ਸਾਹਿਬ ਉਹ ਪਿੱਛੇ ਗੁਰਦੁਆਰੇ ਦਾ ਗੁੰਬਦ ਨਜ਼ਰ ਆ ਰਿਹਾ ਉਹ ਜਨਮ ਸਥਾਨ ਦਾ ਨਜ਼ਰ ਆ ਰਿਹਾ ਕਾਰ ਸੇਵਾ ਜਿਸ ਤਰ੍ਹਾਂ ਕਿ ਤੁਹਾਨੂੰ ਕਿਹਾ ਕਿ ਜਾਰੀ ਹੈ ਔਰ ਕੰਮ ਇੱਥੇ ਚੱਲ ਰਿਹਾ ਔਰ ਬਹੁਤ ਹੀ ਵਧੀਆ ਕੰਮ ਚੱਲ ਰਿਹਾ ਜਿਹੜਾ ਕਿ ਗੌਰਮੈਂਟ ਨੇ ਕਿਹਾ ਸੀ ਕਿ ਹਰ ਚੀਜ਼ ਦੇ ਉੱਤੇ ਕੰਮ ਚੱਲ ਰਿਹਾ ਅਤੇ ਨਨਕਾਣਾ ਸਾਹਿਬ ਦੇ ਸਰਾਊਂਡਿੰਗ ਏਰੀਆਜ਼ ਨੇ ਠੀਕ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਹੈ ਜੀ ਪਿੱਛੇ ਵੀ ਬਹੁਤ ਵੱਡੀ ਯਾਤਰੀ ਨਿਵਾਸ ਟਾਈਪ ਕਮਰੇ ਜਿਹੜੇ ਨੇ ਉਹ ਬਣ ਰਹੇ ਨੇ ਠੀਕ ਹੈ ਜੀ ਆਓ ਚੱਲਦੇ ਹਾਂ ਅੱਗੇ ਤੁਹਾਨੂੰ ਅਸੀਂ ਦਰਸ਼ਨ ਕਰਵਾਉਂਦੇ ਚੱਲਦੇ ਹਾਂ ਬਹੁਤ ਹੀ ਇਤਿਹਾਸਿਕ ਯਾਨੀ ਕਿ ਬਚਪਨ ਜਿਹੜਾ ਸਭ ਤੋਂ ਪਹਿਲਾ ਬਚਪਨ ਇਸ ਜਗ੍ਹਾ ਦੇ ਉੱਤੇ ਵੇ ਜਿੱਥੇ ਖਾਮੋਸ਼ੀ ਸੋਚ ਵਿਚਾਰ ਬਾਬਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੀ ਉਹ ਸ਼ੁਰੂ ਤੋਂ ਜਿਹੜਾ ਕਹਿੰਦੇ ਨੇ ਕਿ ਨਜ਼ਰ ਆਉਂਦਾ ਸੀ ਉਹਨਾਂ 'ਚ ਉਹ ਇਹੀ ਜਗ੍ਹਾ ਬਹੁਤ ਵੱਡਾ ਸਰੋਵਰ ਸਾਹਿਬ ਹੈ ਜੀ ਕਮ ਅਜ਼ ਕਮ ਮੈਂ ਕਹਿੰਦਾ ਵਾਂ ਕਿ 10,000 ਬੰਦੇ ਦੇ ਨਹਾਉਣ ਦੀ ਥਾਂ ਹੋਏਗੀ ਇੰਨਾ ਔਰ 18 ਫੁੱਟ ਡੂੰਘਾ ਜਿਹੜਾ ਇਹ ਬਣਿਆ ਹੋਇਆ 18 ਤੋਂ 20 ਫੁੱਟ ਡੂੰਘਾ ਹੈ ਠੀਕ ਹੈ ਜੀ ਗੁਰਪਿਆਰੀ ਸੰਗਤ ਜੀ ਅੱਜ ਦਾ ਦਿਨ ਦੀ ਸਮਾਪਤੀ ਅਸੀਂ ਇੱਥੇ ਹੀ ਕਰਾਂਗੇ ਇਹ ਫੜੇ ਉਧਰ ਔਰ
ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਰਾ ਕੁਝ ਪਸੰਦ ਆਇਆ ਹੋਵੇਗਾ। ਪਲੀਜ਼ ਆ ਜਾਏ ਸਾਰੇ, ਸਰ ਆਇਓ ਜ਼ਰਾ, ਪਲੀਜ਼ ਸਾਰੇ ਆਇਓ, ਆਓ ਜੀ। ਠੀਕ ਹੈ ਜੀ, ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਬਾਲ ਲੀਲਾ ਸਾਹਿਬ ਅਸੀਂ ਪਹੁੰਚੇ ਸੀ। ਅੱਜ ਤੁਹਾਨੂੰ ਅਸੀਂ ਸਾਰਾ ਦਿਨ ਤਕਰੀਬਨ 9 ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਵਾਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਆਪਣਾ ਨਾਮ ਦੱਸ ਦਿਓ। ਸੁਖਬੀਰ ਸਿੰਘ ਜੀ, ਮੇਰਾ ਨਾਮ ਸੁਖਬੀਰ ਸਿੰਘ ਜੀ ਹੈ ਅਤੇ ਮੈਂ ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਬਾਲ ਲੀਲਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਹੈ ਜਿੱਥੇ ਮੈਂ ਇਸ ਟਾਈਮ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਿਹਾ। ਅਤੇ ਵੀਰ ਜੀ ਕਿੰਨੀ ਦੇਰ ਤੋਂ ਸੇਵਾ ਨਿਭਾ ਰਹੇ ਹੋ? ਜੀ 2 ਸਾਲ ਹੋ ਗਏ ਮੈਂ ਇਸ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾ ਰਿਹਾ ਅਤੇ ਬਹੁਤ ਹੀ ਅੱਛਾ ਲੱਗ ਰਿਹਾ, ਆਪਣਾਪਣ ਫੀਲ ਹੋ ਰਿਹਾ ਪਾਕਿਸਤਾਨ ਦੇ ਵਿੱਚ ਜਾਂ ਨਨਕਾਣਾ ਸਾਹਿਬ ਦੇ ਵਿੱਚ। ਤੁਸੀਂ ਕਿੱਥੇ ਦੇ ਹੋ? ਮੈਂ ਨਨਕਾਣਾ ਸਾਹਿਬ ਦੇ ਹਾਂ, ਸ਼ਾਇਦ ਤੁਸੀਂ ਜਾਣਦੇ ਹੋਵੋਗੇ। ਅੱਛਾ ਜੀ, ਬਿਲਕੁਲ ਠੀਕ ਹੈ ਜੀ। ਮੈਂ ਕਹਿ ਰਿਹਾ ਨਾ ਕਿ ਬੜਾ ਅੱਛਾ ਲੱਗਾ, 2 ਸਾਲ ਪਹਿਲੇ ਮੁਲਾਕਾਤ ਹੋਈ ਉਨਸੇ ਨਾ। ਕੀ ਹੋ ਗਿਆ, ਇੰਨੇ ਇਮੋਸ਼ਨਲ ਹੋ ਗਏ ਹੋ? ਠੀਕ ਹੈ ਜੀ, ਸਾਡੇ ਗਿਆਨੀ ਜੀ, ਸਾਡੇ ਕਹਿ ਲਵੋ ਤੁਸੀਂ ਕਿ ਬਚਪਨ ਦੀਆਂ ਸੰਗਤਾਂ ਵਿੱਚੋਂ ਵੀ ਨੇ, ਹੁਣ ਤਾਂ ਮਾਸ਼ਾਅੱਲਾ ਵੱਡੇ ਹੋਏ ਨੇ, ਪਛਾਣੇ ਨਹੀਂ ਜਾ ਰਹੇ। ਸਾਡੇ ਭਾਅ ਜੀ ਕੋਲੋਂ ਬਰਦਾਸ਼ਤ ਨਹੀਂ ਹੋਇਆ, ਦੇਖ ਲਓ ਘੁੱਟ ਕੇ ਆ ਕੇ ਜੱਫੀ ਪਾ ਲਈ ਆ। ਅਤੇ ਇਹ ਸਾਡੀ ਸਿੱਖ ਮੁਸਲਿਮ ਫਰੈਂਡਸ਼ਿਪ ਮਿਸ਼ਨ ਹੈ ਅਸਲ ਵਿੱਚ, ਜਿਹੜਾ ਕਿ ਅਸੀਂ ਪਿਆਰ ਕਰਦੇ ਹਾਂ। ਸਾਰੇ ਵੀਰਾਂ ਨੂੰ ਬੇਨਤੀ ਹੈ ਜੀ, ਇੱਧਰ ਆ ਜਾਓ ਸਾਰੇ ਇਕੱਠੇ ਹੋ ਕੇ ਜ਼ਰਾ, ਪਲੀਜ਼। ਅਸੀਂ ਅੱਜ ਦੀ ਸ਼ਾਮ ਦਾ ਇਖਤਤਾਮ ਐਸੀ ਜਗ੍ਹਾ ਦੇ ਉੱਤੇ ਕਰਨੇ ਹਾਂ, ਸਾਡੇ ਸਾਰੇ ਦੋਸਤ ਸਾਡੇ ਨਾਲ ਮੌਜੂਦ ਨੇ। ਆਓ ਜੀ ਇੱਥੇ ਆਓ, ਮਿਰਜ਼ਾ ਸਾਹਿਬ ਸਾਰੇ ਆਓ, ਇੱਕ ਪਾਸੋਂ ਸ਼ੁਰੂ ਕਰੋ ਜੀ। ਸਾਡੇ ਨਾਲ ਅੱਜ ਦੇ ਸਾਡੇ ਜਿਹੜੇ ਮਹਿਮਾਨ ਸਨ ਉਹਨਾਂ ਦੇ ਵਿੱਚੋਂ ਸਾਡੇ ਅਹਿਮਦ ਹਸਨ ਸਾਹਿਬ ਬਹੁਤ ਪੈਸ਼ਨੇਟ ਨੇ, ਅਹਿਮਦ ਹਸਨ ਸਾਹਿਬ, ਫਿਰ ਉਸ ਤੋਂ ਬਾਅਦ ਅਬਦੁਲ ਮਨਾਨ ਸਾਹਿਬ, ਅਤੇ ਗਿਆਨੀ ਜੀ, ਸੁਖਬੀਰ ਸਿੰਘ, ਸ਼ਰਜੀਤ ਚੌਧਰੀ, ਅਲੀ ਰਜ਼ਾ, ਮਿਰਜ਼ਾ ਬੇਗ, ਅਲਹਾ ਸ਼ਫੀਕ, ਅਸ਼ੋਕ ਗੁਰਕੀ, ਤਾਹਾ ਮਲਿਕ, ਮੁਹੰਮਦ ਉਸਮਾਨ, ਅਮਾਰ ਮਲਿਕ, ਖਾਲਿਦ ਮਹਿਮੂਦ, ਮੁਹੰਮਦ ਤਬੀਬ, ਅਲੀ ਹਸਨ ਬਾਜਵਾ। ਦੇਖੋ ਜੀ, ਅੱਜ ਹਲੇ ਸਾਡੀ ਅੱਧੀ ਸੰਗਤ ਜਾ ਚੁੱਕੀ ਹੈ। ਅੱਜ ਇੰਨਾ ਕੁ ਰਸ਼ ਸੀ, ਪਹਿਲੀ ਵਾਰੀ ਸਾਡੀ ਵਾਕ ਦੇ ਵਿੱਚ ਜਾਂ ਸਾਡੇ ਦੋਸਤਾਂ ਦੇ ਵਿੱਚ ਇੰਨਾ ਜ਼ਿਆਦਾ ਇਕੱਠ ਪਹਿਲੀ ਵਾਰੀ ਅਸੀਂ ਕੀਤਾ, ਔਰ ਸਾਰੇ ਲੋਕ ਆ ਕੇ ਗੁਰਦੁਆਰਾ ਜੀ। ਬਿਲਕੁਲ ਜੀ, ਸਾਡੇ ਤਜੰਮਲ ਹੁਸੈਨ ਸ਼ਾਹ ਸਾਹਿਬ ਜਿਹੜੇ ਨੇ ਸਾਡੇ, ਮੈਂ ਹੁਣੇ ਤੁਹਾਨੂੰ ਕੈਮਰਾ ਫੜ ਕੇ ਵੀ ਦਿਖਾ ਦੇਣਾ ਵਾਂ, ਇਹ ਪਿੱਛੇ ਚੱਲ ਰਹੇ ਨੇ, ਠੀਕ ਹੈ, ਤਜੰਮਲ ਹੁਸੈਨ ਸ਼ਾਹ ਸਾਹਿਬ ਨੇ। ਅਤੇ ਤਮਾਮ ਗੁਰੂ ਪਿਆਰੀ ਸੰਗਤ ਕੋਲੋਂ ਅਸੀਂ ਇਸ ਵੇਲੇ ਹੁਣ ਇਜਾਜ਼ਤ ਚਾਹਵਾਂਗੇ, ਰੇ ਰਾਜ ਦੀ ਅਰਦਾਸ ਸ਼ੁਰੂ ਹੋਣ ਵਾਲੀ ਹੈ, ਅਤੇ ਇਸ ਵਾਸਤੇ ਅਸੀਂ ਚਾਹਵਾਂਗੇ ਕਿ ਅੱਜ ਦਾ ਭਰਪੂਰ ਦਿਨ ਅਸੀਂ ਤੁਹਾਨੂੰ ਰੇਡੀਓ ਸਾਡੇ ਵਾਲਾ ਦੀ ਤਰਫੋਂ ਅੱਜ ਅਸੀਂ ਤੁਹਾਨੂੰ ਤਮਾਮ ਗੁਰੂ ਘਰਾਂ ਦੇ ਦਰਸ਼ਨ ਕਰਵਾਏ। ਸਿਰਫ ਇੱਕ ਚੀਜ਼ ਅਸੀਂ ਤੁਹਾਨੂੰ ਮੈਂਸ਼ਨ ਕਰਨਾ ਚਾਹੁੰਦੇ ਸੀ ਕਿ ਪਾਕਿਸਤਾਨ 12 ਕਰੋੜ ਨਾਨਕ ਨਾਮ ਲੇਵਾ ਵਾਸਤੇ ਕਿੰਨਾ ਕੁ ਇੰਪੋਰਟੈਂਟ ਹੈ, ਉਹਦੀ ਇੱਕ ਝਲਕ ਦਿਖਾਈ ਹੈ, ਇੱਕ ਸ਼ਹਿਰ ਵਿੱਚ ਦਿਖਾਇਆ ਹੈ। ਹਲੇ 360 ਤਾਰੀਖੀ ਗੁਰਦੁਆਰੇ ਪਾਕਿਸਤਾਨ ਦੇ ਮੁਖਤਲਿਫ ਸ਼ਹਿਰਾਂ ਦੇ ਵਿੱਚ, ਥਲਾ ਸਾਹਿਬ, ਮੰਜੀ ਸਾਹਿਬ, ਠੀਕ ਹੈ ਜੀ, ਅਤੇ ਹੋਰ ਮੁਖਤਲਿਫ ਨਾਮਾਂ ਦੇ ਨਾਲ, ਔਰ ਖਾਲੀ ਅਗਰ ਇੱਥੇ ਹੀ ਤੁਹਾਨੂੰ ਦੱਸੀਏ ਤਾਂ ਤਕਰੀਬਨ 8 ਤੋਂ 10 ਆਰਕੀਟੈਕਚਰ ਅਸੀਂ ਤੁਹਾਨੂੰ, ਹਰ ਗੁਰੂ ਘਰ ਦਾ ਆਰਕੀਟੈਕਚਰ ਬਿਲਕੁਲ ਡਿਫਰੈਂਟ ਤੁਹਾਨੂੰ ਦਿਖਾਇਆ। ਇਸੇ ਤਰ੍ਹਾਂ ਹੀ ਮੇਰੇ ਕੋਲ 8x8 ਦੇ ਗੁਰਦੁਆਰਾ ਸਾਹਿਬ, ਯਾਨੀ ਕਿ 8x8 ਫੁੱਟ, 6x6 ਫੁੱਟ, ਈਵਨ ਦੈਨ ਜਿਹੜਾ ਸਭ ਤੋਂ ਛੋਟਾ ਗੁਰਦੁਆਰਾ ਜਿਹੜਾ ਮੈਂ ਦਿਖਾਇਆ, ਉਹਦੀ ਜਿਹੜੀ ਅਗਰ ਤੁਸੀਂ ਕਹਿ ਲਵੋ ਥੜਾ ਸਾਹਿਬ ਹੈ, ਉਹ 4x4 ਫੁੱਟ ਦਾ ਵੀ ਹੈ। ਅਤੇ ਇਸ ਤਰ੍ਹਾਂ ਪਾਕਿਸਤਾਨ ਦੁਨੀਆ ਦਾ ਉਹ ਵਾਹਿਦ ਮੁਲਕ ਹੈ ਜਿਹਦੇ ਅੰਦਰ ਗੁਰੂ ਘਰਾਂ ਦੇ 26 ਡਿਫਰੈਂਟ ਆਰਕੀਟੈਕਚਰ ਨੇ, ਯਾਨੀ ਕਿ ਛੋਟੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਫੁੱਲ ਵੱਡੇ ਗੁਰਦੁਆਰਾ ਸਾਹਿਬ। ਇੱਕ ਹੋਰ ਗੁਰਦੁਆਰਾ ਕਿਸੇ ਦਿਨ ਤੁਹਾਨੂੰ ਮੈਂ ਲਾਈਵ ਲੈ ਚੱਲਾਂਗਾ, ਡੇਰਾ ਇਸਮਾਇਲ ਖਾਨ, ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਥੜਾ ਸਾਹਿਬ। ਅਗਰ ਉਹ ਤੁਸੀਂ ਗੁਰਦੁਆਰੇ ਦੀ ਛੱਤ ਦੇਖੋ, ਲੱਕੜ ਦੀ ਔਰ ਕੱਚੀ ਛੱਤ, ਇੰਨੀ ਵੱਡੀ ਛੱਤ ਮੈਂ ਆਪਣੀ ਲਾਈਫ ਦੇ ਵਿੱਚ ਬਗੈਰ ਬੀਮ ਤੋਂ, ਬਗੈਰ ਕਿਸੇ ਥੱਲੇ ਥੰਮੀ ਦਿੱਤੇ ਹੋਏ ਹੋ, ਅੱਜ ਵੀ ਖਲੋਤੀ ਹੋਈ ਹੈ। ਔਰ ਉਹਦੀ ਸੇਵਾ ਜਿਹੜੀ ਸੀ ਕੁੰਵਰ ਨੋਨੇਹਾਲ ਸਿੰਘ ਨੇ ਕਰਵਾਈ ਸੀ, ਠੀਕ ਹੈ ਜੀ, ਉਹ ਅੱਜ ਵੀ ਉਹ ਕੱਚਾ ਗੁਰੂ ਘਰ ਜਿਹੜਾ ਹੈ 3 ਮੰਜ਼ਿਲਾ, ਅੱਜ ਵੀ ਉਹ ਖਲੋਤਾ ਹੋਇਆ। ਬੋਆਇਜ਼ ਹਾਈ ਸਕੂਲ ਹੈ, ਉਸ ਐਗਜ਼ਾਮੀਨੇਸ਼ਨ ਹਾਲ ਹੈ ਇਸ ਵੇਲੇ ਜਿਹੜਾ ਦੀਵਾਨ ਹਾਲ ਹੈ, ਕਿਸੇ ਦਿਨ ਤੁਹਾਨੂੰ ਉਹ ਦਿਖਾਵਾਂਗੇ, ਉੱਥੇ ਲੈ ਚੱਲਾਂਗੇ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ 87.8 FM ਰੇਡੀਓ ਆਕਲੈਂਡ ਤੋਂ ਤੁਸੀਂ ਲਾਈਵ ਦੇਖ ਰਹੇ ਹੋ। ਸੋ ਪਲੀਜ਼ ਇਫ ਯੂ ਵਾਨਾ ਸ਼ੇਅਰ ਦਿਸ ਵੀਡੀਓ, ਦੈਨ ਯੂ ਸ਼ੁੱਡ ਬੀ ਯੂਜ਼ ਅਵਰ ਰੀਅਲ ਲਿੰਕ ਆਫ ਦਾ ਪੇਜ, ਐਂਡ ਪਲੀਜ਼ ਨੋ ਵਨ ਹੈਵ ਟੂ ਰਾਈਟ ਟੂ ਡਾਊਨਲੋਡ ਦਿਸ ਵੀਡੀਓ ਟੂ ਸ਼ੇਅਰ ਐਨੀ ਫੇਸਬੁੱਕ ਪੇਜ ਔਰ ਯੂਟਿਊਬ ਪੇਜ। ਥੈਂਕ ਯੂ ਜੀ, ਰੱਬ ਰੱਖਾ ਜੀ।